Thank you.
Thank you.
Thank you.
Thank you.
ماتي
Thank you.
Thank you.
ਸਤਿਗੁਰ ਜੋ ਮਨ ਮੰਨਿਆ ਮੈਂ ਤੁਧ
ਜਾਦਵ ਸਰਗੁਣ ਹੋ ਕੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਅਲਾਹੀ ਕਲਾਮ ਬਾਣੀ ਚਾਰਣੀ ਸ਼ੁਰੂ ਕਰੀ ਤਾਂ ਫਿਰ ਇਹ ਵੀ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਆਤਮਾ ਚੋਂ ਆਵਾਜ਼ ਆਉਣ ਲੱਗ ਗਈ ਇਹਨਾਂ ਭਗਤਾਂ ਦੀ ਚਾਹੇ ਸਿੱਖ ਕਹਿ ਲਓ ਅੱਖਰਾਂ ਚ ਫਰਕ ਹੋਇਆ ਵਰਤਾਂ ਦੇ ਵਿੱਚ ਫਰਕ ਨਹੀਂ ਹੋਵੇਗਾ ਆਓ ਇਹਨਾਂ ਦੀ ਗੁਰੂ ਸਾਹਿਬ ਨੇ ਇਹਨੂੰ ਨਹੀਂ ਲਿਖਿਆ ਵੀ ਇਹ ਕਵਿਤਾ ਨਹੀਂ ਗੁਰੂ ਸਾਹਿਬ ਨੇ ਲਿਖਿਆ ਕਬੀਰ ਸਾਹਿਬ ਜੀ ਦੀ ਬਾਣੀ ਪੜ੍ਹਦੇ ਹੋ ਗੁਰੂ ਸਾਹਿਬ ਨੂੰ ਰਵਿਦਾਸ ਜੀ ਕੀ ਬਾਣੀ ਸਦਨੇ ਜੀ ਕੀ ਬਾਣੀ ਔਰ ਇਸ ਤਰ੍ਹਾਂ ਦੇ ਨਾਲ ਜਿਹੜੇ ਆਤਮਦਰਸ਼ੀ ਹੁੰਦੇ ਨੇ ਸਿੱਖ ਜਾਂ ਕਿਸੇ ਮਤ ਦਾ ਕੋਈ ਪ੍ਰੇਮੀ ਹੋਵੇ ਜਿਹੜਾ ਗੁਰੂ ਦਾ ਉਹਦਾ ਮਤ ਨਾਲ ਸੰਬੰਧ ਨਹੀਂ ਹੈ ਮਤ ਨਾਲ ਸੰਬੰਧ ਹੈ ਅਗਿਆਨੀਆਂ ਦਾ ਜਾਂ ਕਿਸੇ ਬਿਆਦਰੀ ਦੇ ਵਿੱਚ ਪਰਮ ਗਿਆਨੀ ਬਣ ਜਾਵੇਗਾ ਬਿਹਾਰ ਮਾਤਰ ਬਿਆਦਰੀ ਨਾਲ ਇਹ ਗੱਲਬਾਤ ਕਰੇਗਾ ਨਹੀਂ ਤਾਂ ਇਹ ਆਤਮਾ ਦੇ ਵਿੱਚ ਜੁੜਿਆ ਰਹੇਗਾ ਆਤਮਦਰਸ਼ੀ ਨਾ ਅਮੀਰੀ ਦਾ ਸੰਬੰਧ ਹੈ ਆਤਮਾ ਦਾ ਨਾ ਗਰੀਬੀ ਦਾ ਨਾ ਬਾਦਸ਼ਾਹ ਦਾ ਨਾ ਰਾਜੇ ਰਾਣੇ ਦਾ ਆਤਮਾ ਨਾਲ ਸੰਬੰਧ ਹੈ ਜਦੇ ਗੁਰੂ ਵਾਲਾ ਬਣ ਕੇ ਯੋਗ ਰਾਸ਼ਟਰੀ ਦਾ ਫਰਜ ਆ ਉਸ ਨੂੰ ਅਦਾ ਕਰੇਗਾ ਪਰਾਲੰਬਤ ਤੇ ਸ਼ੰਕਰ ਰਹੇਗਾ ਜੋ ਮਿਲ ਗਿਆ ਆਪਾਂ ਨੂੰ ਪਰਾਲੰਬਤ ਦਾ ਪਤਾ ਹੀ ਨਹੀਂ ਕੀ ਹੁੰਦੀ ਹੈ ਪਰਾਲੰਬਤ ਆਪਾਂ ਤਾਂ ਰਾਤ ਨੂੰ ਬੱਚਿਆਂ ਦੇ ਵਿੱਚ ਬੈਠ ਕੇ ਗੱਲਾਂ ਮਾਰਦੇ ਜੇ ਮੈਂ ਨਾ ਆਵਾਂ ਤੁਸੀਂ ਰੁਲ ਕੇ ਮਰ ਜਾਓਗੇ ਆ ਵੀ ਨਾ ਹੋ ਉਹ ਵੀ ਨਾ ਮਾਇਆ ਪੈ ਗਈ ਆ ਜਿਹੜਾ ਗੁਰਮੁਖਾ ਨਹੀਂ ਕਰੇਗਾ ਇਸ ਤਰ੍ਹਾਂ ਜਿਹੜਾ ਆਤਮ ਵਾਦੀ ਆ ਨਾ ਆਤਮਦਰਸ਼ੀ ਆ ਕਦੇ ਨੀ ਕਹੇਗਾ ਬਈ ਮੈਂ ਕਰਦਾ ਨਹੀਂ ਜੇ ਮੈਂ ਆ ਤਾਂ ਬੰਨਿਆ ਗਿਆ ਫਿਰ ਤਿੰਨਾਂ ਗੁਣਾਂ ਦੇ ਚੱਕਰ ਦੇ ਵਿੱਚ ਖੇੜੇ ਗੇੜੇ ਖਾਵੇਗਾ ਜੰਮੇਗਾ ਮਰੇਗਾ ਜੰਮੇਗਾ ਮਰੇਗਾ ਆਤਮਦਰਸ਼ੀ ਨੇ ਉਹਨਾਂ ਦੀ ਬਾਣੀ ਗੁਰੂ ਸਾਹਿਬ ਜੀ ਨੇ ਆਮ ਜਿਹੜੇ ਸਨ ਲੋਕ ਉਹਨਾਂ ਦੀ ਕਵਿਤਾ ਜਾਂ ਰਚਨਾ ਜਿਹੜੀ ਆਵਾਜ਼ ਆ ਪੈਦਾ ਹੁੰਦੀ ਹੈ ਆਵਾਜ਼ ਆ ਜਿਹੜੀ ਕਹਿੰਦੇ ਜਵਾਨ ਤੋਂ ਆਵਾਜ਼ ਪੈਦਾ ਹੁੰਦੀ ਹੈ ਜਵਾਨ ਤੋਂ ਫਿਰ ਕਹਿੰਦੇ ਦਿਮਾਗ ਤੋਂ ਪੈਦਾ ਹੁੰਦੀ ਹੈ ਆਵਾਜ਼ ਫਿਰ ਕਹਿੰਦੇ ਨਾਭੀ ਚੋਂ ਹੁੰਦੀ ਹੈ ਪੈਦਾ ਆਵਾਜ਼ ਫਿਰ ਕਹਿੰਦੇ ਅਨੁਭਵ ਸੇ ਆਵਾਜ਼ ਆਉਂਦੀ ਹੈ ਅਨੁਭਵ ਜਿਹਨੂੰ ਰੱਬ ਦਾ ਦੇਸ਼ ਕਹਿੰਦੇ ਨੇ ਰੱਬ ਦਾ ਜੈਸੇ ਰਵਿਦਾਸ ਜੀ ਵਿਚਾਰੇ ਹਰੀ ਜਨ ਹੋਏ ਨੇ ਗਰੀਬ ਗਰੀਬੀ ਅਮੀਰੀ ਦਾ ਸਵਾਦ ਨਹੀਂ ਪਰਿਵਾਰਤ ਦੇ ਨਾਲ ਕਰਨੀ ਦਾ ਸਵਾਦ ਆਪਣੀ ਦਾ ਇਤਨੀ ਵਿਚਾਰ ਨਹੀਂ ਨਾ ਵਿਚਾਰ ਰੂਪੀਆਂ ਅੱਖਾਂ ਨਹੀਂ ਖੋਲੀਆਂ ਆਪਣੀਆਂ ਵਿਚਾਰ ਰੂਪੀ ਅੱਖਾਂ ਜਿੱਥੇ ਜਾ ਕੇ ਵਿਚਾਰ ਰੂਪੀ ਅੱਖਾਂ ਖੁੱਲਣੀ ਨੇ ਉੱਥੇ ਆਪਣਾ ਮਨ ਨਹੀਂ ਗਿਆ ਮਨ ਆਪਣਾ ਪਦਾਰਥਾਂ ਦੇ ਵਿੱਚ ਫਸਿਆ ਹੋਇਆ ਪੁੱਤਰਾਂ ਧੀਆਂ ਦੇ ਵਿੱਚ ਫਸਿਆ ਹੋਇਆ ਕਰੋ ਗੁਰੂ ਸਾਹਿਬ ਨੇ ਲਿਖਿਆ ਸਾਰੇ ਭਗਤਾਂ ਦੇ ਨਾਮ ਵੀ ਨੇ ਬਿਆਦਰੀਆਂ ਵੀ ਲਿਖੀਆਂ ਹੋਈਆਂ ਉਸ ਟਾਈਮ ਦੇ ਜਾਤ ਕਹਿ ਦਿੰਦੇ ਅੱਖਰਾਂ ਚ ਫਰਕ ਰਵਿਦਾਸ ਭਗਤਾਂ ਢੋਲ ਨੀਤ ਤਿੰਨ ਤਿਆਗੀ ਮਾਇਆ ਮਾਇਆ ਨੀ ਆਪਾਂ ਨੂੰ ਕੁਛ ਕਰਨ ਦਿੰਦੀ ਹੈ ਮਾਇਆ ਰੱਬ ਦਾ ਝਲਕਾ ਨੀ ਪੈਣ ਦਿੰਦੀ ਅੰਤਾਸ਼ ਕਰਨ ਦੇ ਵਿੱਚ ਮਾਇਆ ਦੇ ਰਾਹ ਫਿਰ ਹੰਗਤਾ ਮਮਤਾ ਉਹ ਕੰਧਾਂ ਹੋਈਆਂ ਹੋਈਆਂ ਨੇ ਉੱਥੇ ਕੌਣ ਢਾਹੇ ਕੰਧਾਂ ਨੂੰ ਕੌਣ ਆਤਮਾ ਦਾ ਭਾਗ
ਦੇਖੇ ਫਿਰ ਉੱਥੇ ਔਰ ਉਦਾਸ ਜੀ ਇਹਨਾਂ ਦਾ ਹਰੀਜਨਾਂ ਦਾ ਕੰਮ ਸੀ ਪਿੰਡਾਂ ਦੇ ਵਿੱਚ ਜਦ ਪਸ਼ੂ ਮਰ ਜਾਂਦਾ ਸੀ ਫਿਰ ਇਹ ਚੱਕ ਕੇ ਲੈ ਜਾਂਦੇ ਸਨ ਕਰਮਹਾੜੀ ਦੇ ਵਿੱਚ ਲੈ ਜਾਣਾ ਉਹਦਾ ਉਤਲਾ ਜਿਹੜਾ ਚਮੜਾ ਲਾ ਕੇ ਰੰਗ ਕੇ ਵੇਚ ਦੇਣਾ ਆਪਣੇ ਬੱਚੇ ਬਾਲਦੇ ਸਨ ਇਹ ਵਿਹਾਰ ਜਿਹੜਾ ਪਰਿਵਾਰ ਸਭ ਮਨ ਨਾਲ ਵਿਹਾਰ ਸਾਹਿਬਾਨਾਂ ਨਾਲ ਹੋਵੇਗਾ ਪਰਿਵਾਰ ਮਨ ਔਰ ਸੁਰਤ ਔਰ ਖਿਆਲ ਨਾਲ ਹੋਵੇਗਾ ਜੈਸੇ ਨਾਮਦੇਵ ਜੀ ਵਿਚਾਰੇ ਗਰੀਬ ਛੀਂਦੇ ਸਨ ਛੀਂਦੇ ਪੁੱਤਾਂ ਪੁਰਖੀ ਪਿਤਾ ਪੁਰਖੀ ਕੰਮ ਕਰਿਆ ਕਰਦੇ ਸਨ ਲੋਕ ਆਪ ਜਵਾਨਾਂ ਨਹੀਂ ਹੈ ਉਸ ਜਵਾਨੇ ਦੀ ਬਾਣੀ ਹੈ ਲਿਖੀ ਉਹ ਪਰਾ ਰੱਬ ਦੇ ਸੰਤ ਸ੍ਰੀ ਨਾਮ ਦੇ ਵੀ ਜੋ ਮਿਲ ਗਿਆ ਰੱਬ ਨੇ ਦੇ ਦਾ ਉਸੇ ਤੇ ਹੀ ਖੁਸ਼ ਉਸੇ ਤੇ ਹੀ ਸਾਕਰ ਰਹਿਣਾ ਰੱਬ ਤੇ ਕਿੰਤੂ ਨਹੀਂ ਕਰਨਾ ਹੈ ਇਹਨਾਂ ਦੇ ਇਤਨੇ ਸਮਾਨ ਆ ਮੈਂ ਗਰੀਬ ਆ ਮੇਰੇ ਭਰਾ ਇਸਦੇ ਇੰਨਾ ਕੰਮ ਹੈ ਮੈਂ ਗਰੀਬ ਜਿਹੜਾ ਪਰਾਨਬ ਉੱਤੇ ਸ਼ੰਕਰ ਰਹੇਗਾ ਨਹੀਂ ਇਹਦੇ ਅੰਦਰ ਇਹ ਗੱਲ ਆ ਗਈ ਜਿਹੜਾ ਪਰਾਨਬ ਉੱਤੇ ਨਹੀਂ ਸ਼ੰਕਰ ਉਸਦੇ ਅੰਦਰ ਇਹ ਗੱਲ ਆ ਗਈ ਨਾਮਦੇਵ ਦਾ ਕਰਦਾ ਬਠੀ ਚੰਦੇ ਧੋਵੇ ਖੱਦਰ ਦੇ ਹੁੰਦੇ ਸਨ ਫਿਰ ਉਹਨਾਂ ਨੂੰ ਠਾਕ ਕੇ ਪਿੰਡ ਦੇ ਵਿੱਚ ਦੇ ਦੇਣਾ ਦਾਣੇ ਲੈ ਲੈਣੇ ਪੈਸਾ ਨਹੀਂ ਸੀ ਜਾ ਇਸ ਤਰ੍ਹਾਂ ਦੇ ਨਾਲ ਆਪਣੇ ਬੱਚੇ ਨਾਲੇ ਮਹਾਂਪੁਰਸ਼ਾਂ ਦੀ ਸੇਵਾ ਕਰਦਾ ਸੀ ਆਪ ਜਵਾਨਾ ਆ ਗਿਆ ਰਾਜ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਪ ਜਿਹੜੇ ਗੁਰਸਿੱਖ ਨੇ ਉਹ ਗੁਰਸਿੱਖਾਂ ਦੀ ਸੇਵਾ ਕਰਦੇ ਉਸਦੇ ਟਾਈਮ ਵਿੱਚ ਮਹਾਂਪੁਰਸ਼ਾਂ ਦਾ ਬੋਲਬਾਲਾ ਹੁੰਦਾ ਸੀ ਉਹ ਮਹਾਂਪੁਰਸ਼ਾਂ ਦੀ ਸੇਵਾ ਕਰਦੇ ਹੁੰਦੇ ਸਨ ਤਾਂ ਜਦ ਉਹਨਾਂ ਨੇ ਪਰਮੇਸ਼ਰ ਦੇ ਨਾਲ ਆਪਣੇ ਮਨ ਨੂੰ ਸੁਰ ਕਰ ਦਿੱਤਾ ਲਿਖਿਆ ਨਾ ਗੋਬਿੰਦ 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 ਸੰਗ ਗੋਬਿੰਦ ਕੌਣ ਹੈ ਨਿਰਾਕਾਰ ਵਾਹਿਗੁਰੂ ਦਾ ਨਾਮ ਨਾਮਦੇਵ ਜੀ ਨੇ ਗੋਬਿੰਦ ਨਾਮ ਦੇ ਨਾਲ ਆਪਣੇ ਮਨ ਨੂੰ ਸੁਰ ਕੀ ਲਾਇ ਕਰਤਾ ਨਾਮ ਦੇ ਜਦ ਮਨ ਕਿਸੇ ਚੀਜ਼ ਦੇ ਵਿੱਚ ਲਾਇਆ ਹੋ ਜਾਵੇਗਾ ਤਾਂ ਜੋ ਉਸ ਵਸਤੂ ਦੀ ਤਾਕਤ ਆ ਉਸ ਮਨ ਦੇ ਵਿੱਚ ਆ ਜਾਵੇ ਵੈਸੇ ਪਾਰਸ ਦੀ ਇੱਕ ਵੱਡੀ ਹੁੰਦੀ ਹੈ ਪਾਰਸ ਦੀ ਪੱਥਰ ਹੁੰਦਾ ਉਹਦੇ ਵਿੱਚ ਸ਼ਕਤੀ ਹੈ ਪੱਥਰ ਦੇ ਵਿੱਚ ਸੁਭਾਵ ਹੈ ਉਹਦਾ ਅੱਠ ਤਾਕਤਾਂ ਨੂੰ ਸੋਨਾ ਬਣਾ ਦਿੰਦੀ ਹੈ ਜੇ ਉਹਦੇ ਨਾਲ ਲੱਗ ਜਾਵੇ ਬਣਾਉਂਦੀ ਤਾਜ਼ਾ ਜੇ ਨਾਲ ਲੱਗੂਗਾ ਕਹਿੰਦੇ ਬਾਲ ਦੇ ਹਜ਼ਾਰ ਨੇ ਇਸੇ ਜਿੰਨਾ ਫਰਕ ਰਹਿ ਜਾਵੇ ਉਹ ਹੈਗਾ ਲੋਹਾ ਹੀ ਰਹੇਗਾ ਨਹੀਂ ਸੋਨਾ ਪਰ ਉਹ ਸੋਨਾ ਬਣਾਉਣ ਦਾ ਸਵਾਬ ਉਹਦਾ ਜਿਉਂਕਾ ਕਿਉਂ ਹੈ ਪਰ ਲੋਹਾ ਨਾਲ ਨਹੀਂ ਜੁੜਿਆ ਨਾਲ ਜੋੜਨਾ ਮਨੂ ਨਾ ਆਪਣਾ ਮਨ ਪਦਾਰਥਾਂ ਨਾਲ ਜੁੜਿਆ ਵਡਿਆਈਆਂ ਦੇ ਨਾਲ ਜੁੜਿਆ ਹੋਇਆ ਦਰਿਆਵੀ ਤਾਕਤਾਂ ਦੇ ਨਾਲ ਜੁੜਿਆ ਕਿਵੇਂ ਰੱਬ ਨਾਲ ਜੁੜਿਆ ਕਿਵੇਂ ਰੱਬ ਦੀ ਸ਼ਕਤੀ ਆਪਣੇ ਮਨ ਦੇ ਵਿੱਚ ਆ ਜਾ ਰਹੀ ਨਹੀਂ ਆਉਣੀ ਚਾਹੇ ਤੂੰ ਹਜ਼ਾਰਾਂ ਜਨਮ ਜਨਮ ਧਾਰੀ ਜਾ ਕਦੇ ਤੇਰੇ ਵਿੱਚ ਉਹ ਸ਼ਕਤੀ ਨਹੀਂ ਆਵੇਗੀ ਰੱਬ ਵਾਲੀ ਜੋ ਨਾਮ ਦੇ ਵਿੱਚ ਸ਼ਕਤੀ ਹੈ ਜਦ ਇਹਦਾ ਮਨ ਨਾਮ ਦੇ ਵਿੱਚ ਲੀਨ ਹੋ ਜਾਵੇਗਾ ਦੁਨੀਆਂ ਤੇ ਇਸਦੀ ਸ਼ੋਭਾ ਹੋਣੀ ਸ਼ੁਰੂ ਹੋ ਜਾਵੇਗੀ ਸੋਭਾ ਕੀਤੀ ਹੈ ਨਾਮ ਦੀ ਜਪਿਆ ਸਰੀਰ ਦੇ ਸੰਬੰਧ ਕਰਕੇ ਵਿਆਦਰੀ ਚਾਹੇ ਛੋਟੀ ਹੈ ਚਾਹੇ ਬੜੀ
ਤਾਂ ਫਿਰ ਉਸ ਪਿਆਰ ਜੀ ਨੇ ਜਿਹੜਾ ਉਹ ਪ੍ਰੇਮੀ ਹੈ ਨਾ ਉਸਦੀ ਉਪਮਾ ਹੋਣੀ ਸ਼ੁਰੂ ਹੋ ਜਾਏ। ਸਾਰੀ ਦੁਨੀਆਂ ਦੇ ਵਿੱਚ ਉਪਮਾ ਹੋਣੀ ਸ਼ੁਰੂ ਆ ਜਾਵੇ ਵੀ ਫਲਾਣੇ ਜਗ੍ਹਾ ਕੋਈ ਮਹਾਤਮਾ ਰਹਿੰਦਾ ਮਹਾਤਮਾ, ਜਿਵੇਂ ਆਪਣੇ ਸੰਤ ਮਹਾਰਾਜ ਜੀ ਜਾਂ ਹਿੰਦੂ ਸਾਹਿਬ ਵਾਲੇ ਮਹਾਰਾਜ ਜੀ ਚੜ੍ਹਾਈ ਕਰਕੇ ਬਰਾਗ ਦੇ ਵਿੱਚ ਬਾਹਰ ਚਲੇ ਗਏ, ਕਰੋ ਰਾੜੇ ਵਾਲਾ ਗਿਆਨ ਸੀ ਉਸਦੀ ਟੱਕੀ ਸੀ ਕਟਾਰੀ ਕੋਲ, ਉਹ ਜਾਣਦਾ ਸੀ ਮਹਾਰਾਜ ਜੀ। ਮਹਾਰਾਜ ਜੀ ਪਟਿਆਲੇ ਵੜਦੇ ਹੁੰਦੇ ਸਨ, ਛੋਟੇ ਮਹਾਰਾਜ ਜੀ ਉੱਥੇ ਨੌਕਰ ਸਨ, ਤੋਪਖਾਨੇ ਦੇ ਵਿੱਚ ਤੋਪਾਂ ਚੱਕਦੇ ਸੀ, ਜਦ ਹੱਥਾਂ ਨਾਲ ਤੋਪਾਂ ਚੱਕ ਕੇ ਖੱਜਰਾਂ ਤੇ ਲਾਤੇ ਹੁੰਦੇ, ਅੱਜ ਤੋਂ ਮਸ਼ੀਨਰੀ ਹੋ ਗਈ ਨਾ, ਤੋਪਾਂ ਹੀ ਟੈਂਕਾਂ ਤੇ ਲਾਤੀ। ਅੱਜ ਕੱਲ੍ਹ ਜਿਹੜਾ ਜਿਹੜਾ ਜਮਾਨਾ ਹੁੰਦਾ ਉਹ ਜਿਹਾ ਫਿਰ ਵਿਹਾਰ ਹੁੰਦਾ। ਉਹ ਕਹਿਣ ਲੱਗਿਆ ਮਹਾਰਾਜ ਜੀ ਤੁਸੀਂ ਉੱਥੇ ਸਾਡੀ ਟੱਕੀ ਆ, ਉੱਥੇ ਰਹੋ, ਉੱਥੇ ਭਜਨ ਕਰੋ, ਆ ਗਏ ਮਹਾਰਾਜ ਜੋ ਵੀ ਨਾਲ ਕੋਈ ਨੀ ਆ ਕਰੋ, ਆ ਕੇ ਉੱਥੇ ਫਿਰ ਨਾਮ ਦਾ ਅਭਿਆਸ ਸ਼ੁਰੂ ਕਰ ਦਿੱਤਾ। ਅਭਿਆਸ ਕਰਦਿਆਂ ਕਰਦਿਆਂ ਦੁਨੀਆਂ ਦੇ ਵਿੱਚ ਰਾੜਾ ਹੀ ਰਾੜਾ ਹੋਣ ਲੱਗ ਗਈ, ਰਾੜਾ ਹੀ ਰਾੜਾ। ਆਪ ਵੀ ਦੁਨੀਆਂ ਰਾੜੇ ਦਾ ਨਾਂ ਲੈ ਕੇ ਲੁੱਟਦੀ ਹੈ, ਰਾੜੇ ਦਾ ਨਾਂ ਲੈਂਦੀ ਹੈ, ਹੁੰਦੇ ਨੇ ਗ੍ਰਹਿਸਤੀ, ਉਹ ਘਰਾਂ ਚ ਰਹਿੰਦੇ ਹੁੰਦੇ। ਆਹ ਇਸ ਤਰ੍ਹਾਂ ਰਾੜੇ ਵਾਲੇ ਸੰਤ ਮਹਾਰਾਜ ਤਾਂ ਉੱਥੇ ਨੇ ਆਉਂਦੇ ਨੀ, ਬਿਰਧ ਹੋ ਗਏ, ਅੱਗੇ ਆ ਵੀ ਨੀ ਗਏ ਤੇ ਤਿੰਨ ਗੇ ਲਾਏ। ਆਹ ਇਸ ਤਰ੍ਹਾਂ ਅਸੀਂ ਤਾਂ ਉਹਨਾਂ ਦਾ ਜਸਾਂ ਕਰੋ, ਅਸੀਂ ਸੰਤ ਨਹੀਂ ਹਾਂ ਕੋਈ, ਨਾ ਅਸੀਂ ਤਾਂ ਜਸਾਂ ਉਹਨਾਂ ਦਾ, ਉਹਨਾਂ ਦੇ ਹੁਕਮ ਨਾ ਆ ਜਾਂਦੇ ਹਾਂ ਜੇ ਕਹਿੰਦੇ ਨੇ। ਫਿਰ ਉਹਦੇ ਵੀ ਆਪ ਉੱਥੇ ਪੰਜ ਪਿਆਰੇ ਬਣਾ ਤੇ ਛੋਟੇ ਮਹਾਰਾਜ ਜੀ ਵੀ ਹੁਣ ਜੋ ਕੁਛ ਕਰਨਾ ਤੁਸੀਂ ਕਰਨਾ, ਹੁਣ ਅਸੀਂ ਪੰਜਾਂ ਪਿਆਰਾਂ ਦੇ ਹੁਕਮ ਨਾਲ ਆਇਆ, ਅਸੀਂ ਟੈਲੀ ਫੋਨ ਗਿਆ ਸੀ ਸਾਡਾ ਪਿੱਛੇ, ਇਸ ਤਰ੍ਹਾਂ ਲਾਇਆ। ਰਾੜਾ ਹੀ ਰਾੜਾ ਹੋਣ ਲੱਗ ਗਈ, ਮਹਾਂਪੁਰਸ਼ ਆਉਣੇ ਸ਼ੁਰੂ ਹੋਏ ਵੀ ਇਹ ਸੰਤਾਂ ਦੀ ਵੀ ਉਪਮਾ ਕਿਉਂ ਹੁੰਦੀ ਹੈ, ਗੁਰਸਿੱਖਾਂ ਦੀ ਵੀ ਉਪਮਾ ਹੋ ਜਾਂਦੀ, ਅੱਖਰਾਂ ਚ ਫਰਕ ਹੋਇਆ। ਦੱਸਿਆ ਗੁਰੂ ਸਾਹਿਬ ਨੇ ਗੁਰਬਾਣੀ ਦੇ ਵੀ ਜਿਹੜਾ ਆਹ ਪਰਮੇਸ਼ਰ ਦੀ ਪੂਜਾ ਜਾਂ ਸਿਮਰਨ ਕਰਦਾ, ਕਹਿੰਦੇ ਉਹਦੀ ਵੀ ਪੂਜਾ ਹੋਣ ਲੱਗ ਜਾਂਦੀ ਹੈ। ਜਦ ਨਾਨਕ ਸਤਿਗੁਰ ਪੂਜਿਆ, ਆਪਾਂ ਪੂਜਦੇ ਨਹੀਂ ਜਿਵੇਂ ਪੂਜਣਾ ਗੁਰੂ ਨੂੰ, ਆਪਾਂ ਸੇਵਾ ਨਹੀਂ ਕਰਦੇ ਗੁਰੂ ਦੀ ਜਿਵੇਂ ਕਰਨੀ ਹੈ, ਆਪਾਂ ਸਿਮਰਨ ਨਹੀਂ ਕਰਦੇ ਨਾਮ ਦਾ ਜਿਵੇਂ ਕਰਨਾ, ਪੂਜਾ ਕੌਣ ਕਰੇਗਾ, ਦੁਰੇ ਦੁਰੇ ਹੀ ਹੋਵੇਗੀ ਨਾ। ਗੁਰੂ ਸਾਹਿਬ ਨੇ ਫੈਸਲਾ ਕਰ ਦਿੱਤਾ, ਜਦ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ। ਆਓ ਸੰਤ ਮਹਾਰਾਜ ਦੀ ਉਪਮਾ ਮੌਤ, ਬੜੋ ਬੜੇ ਜਿਹੜੇ ਤਿਆਗੀ ਮਹਾਤਮਾ ਸਨ, ਜਿਹੜੇ ਮਾਇਆ ਨੂੰ ਹੱਥ ਨਹੀਂ ਸੀ ਲਾਉਂਦੇ, ਗੁਰੂ ਕੋ ਉਹਨਾਂ ਦਾ ਵੀ ਮਨ ਹਿੱਲ ਗਿਆ। ਮਾਇਆ ਕੋਈ ਲੜਦੀ ਨਹੀਂ ਹੈ, ਨਹੀਂ ਮਾਇਆ ਕੋਈ ਮਾੜੀ ਨਹੀਂ ਹੈ, ਪਰਮੇਸ਼ਰ ਨੇ ਕੋਈ ਚੀਜ਼ ਮਾੜੀ ਬਣਾਈ ਹੋਈ ਨਹੀਂ। ਮਾੜਪਣਾ ਤਾਂ ਆਪਾਂ ਪੈਦਾ ਕਰਿਆ, ਮਾਇਆ ਤਾਂ ਕਹਿੰਦੇ ਪ੍ਰਲੋਕ ਵੀ ਸਵਾਰ ਦਿੰਦੀ, ਮਾਇਆ ਦੀ ਵਰਤੋਂ ਮਾੜੀ ਹੈ। ਬਸ ਹੁਣ ਜਿਹੜੇ ਪੱਬਾਂ ਦੇ ਵਿੱਚ ਜਾ ਕੇ ਸ਼ਰਾਬਾਂ ਪੀਂਦੇ ਨੇ, ਐ ਤਾਂ ਉਹ ਵੀ ਮਾਇਆ ਹੀ ਹੈ, ਕੀ ਉਹ ਹੋਰ ਕਿਸੇ ਅਰਥ ਲੱਗੇ ਨੀ, ਕੀ ਉਹ ਪਰਮਾਰਥ ਸਵਾਰ ਦੇਵੇਗੀ ਤੇਰਾ, ਨਹੀਂ ਪਰਮਾਰਥ ਸਵਾਰੇਗੀ। ਜਿਵੇਂ ਜਿਵੇਂ ਥੱਲੇ ਗੁਰੂ ਦਾ ਲੰਗਰ ਚੱਲਦਾ, ਜਦੋਂ ਲੰਗਰ ਦੇ ਵਿੱਚ ਪਵੇਗੀ ਫੇਰ ਉਹ ਤੇਰਾ ਪਰਮਾਰਥ ਤੇਰੇ ਮਨ ਤੋਂ ਜਿਹੜਾ ਮਾਇਆ ਦਾ ਭਾਰ ਪਿਆ ਹੈ ਲਾਹੇਗੀ। ਮਾਇਆ ਮਾੜੀ ਨਹੀਂ, ਇਨਸਾਨ ਮਾੜਾ ਨਹੀਂ, ਇਨਸਾਨ ਵਰਗਾ ਦਾ ਕੋਈ ਜੰਮਿਆ ਹੀ ਨਹੀਂ ਦੁਨੀਆਂ ਚ, ਗੁਰੂ ਇਸਦੇ ਕਰਤੱਵ ਮਾੜੇ ਨੇ, ਬਸ ਕਰਤੱਵ। ਗੁਰੂ ਸਾਹਿਬ ਨੇ ਤਾਂ ਇਨਸਾਨ ਵਾਲੇ ਲਿਖਿਆ, ਇਸ ਧਰਤੀ ਉੱਪਰ ਤੇਰੀ ਸਰਦਾਰੀ, ਅਵਰ ਜੋਨ ਤੇਰੀ ਪਨਹਾਰੀ, ਲੱਖ 84 ਜੋਨ ਸਵਾਈ, ਮਾਨਸ਼ ਕੋ ਪ੍ਰਭ ਦਈ ਵਡਿਆਏ। ਗੁਰੂ ਸਾਹਿਬ ਜੀ ਨੇ ਇਸ ਨੂੰ ਬਹੁਤ ਵਡਿਆਇਆ। ਆਹ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਜਿਹੜਾ ਹੈ ਨਾਮਦੇਵ ਜੀ ਜਾਂ ਮਹਾਰਾਜ ਜੀ ਦੀ ਗੁੱਡੀ ਚੜ੍ਹੀ, ਬੜੇ ਬੜੇ ਮਹਾਤਮਾ ਦੇ ਪੈਰ ਹਿੱਲ ਗਏ, ਬਈ ਉਹ ਤਾਂ ਇਤਨੀ ਮਾਇਆ ਦੇ ਵਿੱਚ ਉੱਥੇ ਦਾ ਕਈ ਲੰਗਰ ਡੁੱਬਦੇ, ਕਈ ਬਰਖਤ ਜੇ ਔਖੇ ਹੋ ਜਾਂਦੇ ਨੇ, ਉਹਨਾਂ ਚੋਂ ਤਾਕਤ ਨਹੀਂ ਆਈ। ਇਹ ਤਾਕਤ ਤਾਂ ਗੁਰੂ ਘਰ ਦੇ ਵਿੱਚ ਆ, ਗੁਰੂ
ਐਵੇਂ ਦੇ ਗੋਟੀ ਜੀ ਪਾ ਕੇ ਫਿਰੀ ਜਾਣ। ਠੀਕ ਆ ਜੀ, ਪੂਰੀ ਅਵਸਥਾ ਵਾਲਾ ਤਾਂ ਨਗੋਟੀ ਵੀ ਚੰਗੀ ਆਉਂਦੀ ਆ। ਜੇ ਨਗੋਟੀ ਪਾ ਕੇ ਹੰਕਾਰ ਕਰੇ ਵੀ ਮੈਂ ਤਿਆਗੀ ਹੋ ਗਿਆ ਤਾਂ ਗ੍ਰਸਤੀ ਨੇ, ਇਹ ਤਾਂ ਗ੍ਰਸਤੀ ਨੇ, ਨਹੀਂ ਇਹ ਤਾਂ ਭੁੱਲ ਹੈ। ਔਰ ਇਸ ਤਰ੍ਹਾਂ ਦੇ ਨਾਲ ਬਹੁਤ ਬੜੇ ਮਹਾਂਪੁਰਸ਼ ਆ ਕੇ, ਇੱਕ ਅਵਦੂਤ ਮਹਾਤਮਾ ਦੀ ਕੋਈ ਅਵਦੂਤ, ਅਵਦੂਤ ਵੀ ਇੱਕ ਪੰਥ ਹੈ ਜੋ ਹੈ ਸਾਰੇ ਸੰਪਰਦਾ ਚੱਲੀਆਂ ਹੋਈਆਂ ਨੇ ਪਿੱਛੇ ਤੇ। ਜੋ ਰਾਮਾਨੰਦ ਜੀ ਵਿਰਾਗੀ ਆ ਉਹਦਾ ਵੀ ਪੰਥ ਚੱਲਦਾ, ਤੁਸੀਂ ਕੁੰਭਾਂ ਤੇ ਜਾ ਕੇ ਦੇਖੋ। ਔਰ ਇਸ ਤਰ੍ਹਾਂ ਦੇ ਨਾਲ ਤਾਂ ਫਿਰ ਉਸਨੇ ਕਿਹਾ ਵੀ ਦੇਖੀਏ ਮਹਾਤਮਾ ਨੂੰ ਭਜਨ ਕਿਵੇਂ ਕਰਦੇ, ਇਤਨੀ ਉਪਮਾ ਹੁੰਦੀ ਹੈ ਤਪੱਸਿਆ ਕਿਵੇਂ ਕਰਦੇ ਨੇ। ਤੇ ਨਾਲੇ ਉਹਨਾਂ ਨੇ ਮਨ ਦੇ ਵਿੱਚ ਇਹ ਸੋਚਿਆ ਵੀ ਉਹ ਰਹਿੰਦੇ ਨੇ ਭੋਰੇ, ਦੁਪਹਿਰ ਦਾ ਟਾਈਮ ਸੀ, ਘਟਾਣੀ ਕੋ ਆ ਗਿਆ ਨੰਗਾ ਹੀ, ਇੱਕ ਕੌਲਾ ਸੀ ਉਹਦੇ ਕੋਲ ਲੱਕੜੀ ਦਾ, ਲਗੋਟੀ ਪਾਈ ਹੋਈ ਸੀ, ਕਰਕੇ ਉਹ ਡੇਰੇ ਚ ਵੜਿਆ। ਉਸਨੇ ਜੀਰਾ ਸਿਰ ਤੇ ਰੱਖ ਲਿਆ ਕਿ ਆਪਣੇ ਗੁਰੂ ਘਰ ਦਾ ਧਰਮ ਸਥਾਨ ਵਾਲਾ ਸਥਾਨ ਵੀ ਨੰਗੇ ਸਿਰ ਨਹੀਂ ਆ ਸਕਦਾ। ਹੁਣ ਪਤਾ ਸੀ ਸਾਰਾ ਵੀ ਘੋੜਾ ਪਿਛਲੇ ਵਾਸਤੇ ਗੁਰਦੁਆਰੇ। ਉਹਨੇ ਮਨ ਦੇ ਵਿੱਚ ਕੀ ਤਾਰਿਆ ਬਈ ਜਦ ਮੈਂ ਜਾਵਾਂ ਭੋਰੇ ਦਾ ਦਰਵਾਜ਼ਾ ਖੁੱਲਾ ਹੋ। ਦੁਪਹਿਰ ਦਾ ਟਾਈਮ ਸੀ, ਲਾਗਲੀ ਪ੍ਰਸ਼ਾਦਾ ਲੈ ਕੇ ਆਇਆ ਸੀ ਮਹਾਰਾਜ ਜੀ, ਪ੍ਰਸ਼ਾਦਾ ਛੱਕ ਕੇ ਉਹ ਜਿਹੜੇ ਦੂਏ ਹੁੰਦੇ ਸਨ ਪ੍ਰੇਮੀ ਪਿਛਲੇ ਵਾਸਤੇ ਥੜਾ ਜਿਹਾ ਬਣਿਆ ਸੀ ਉੱਥੇ, ਤੇ ਉਹ ਲਾਗਲੀ ਤੇ ਲੈ ਜਾਂਦਾ। ਜਦ ਕੋਈ ਏਡਾ ਇੰਤਜ਼ਾਮ ਨਹੀਂ ਸੀ ਉੱਥੇ, ਦੋ ਸਾਲ ਹੋਏ ਸੀ ਡੇਰੇ ਵਾਲੇ, ਸਿਰਫ ਤਾਰ ਲੱਗੀ ਹੋਈ ਸੀ ਕੰਡਿਆਂ ਵਾਲੀ ਵਾਲੀ, ਤਾਂ ਉਹ ਲਾਗਲੀ ਖਿੜਕੀ ਲਾਉਣੀ ਭੁੱਲ ਗਿਆ, ਚੜਿਆ ਗਿਆ ਖੁਦਰੀ ਖਾਲੀ ਪਈ, ਉਹ ਆ ਗਿਆ ਦੂਰ ਅੰਦਰ ਚਲਿਆ ਗਿਆ। ਮਹਾਰਾਜ ਜੀ ਵਿਚਾਰ ਲਈ ਸੱਤ ਨਹੀਂ ਸੀ ਆਰਾਮ ਭੋਰੇ ਚ ਜਾ ਕੇ ਕਰਦੇ, ਆਰਾਮ ਨਹੀਂ ਸੀ ਕਰਦੇ, ਉਹ ਤਾਂ ਬਿਹਤਰੀ ਚਾਹੁੰਦੇ ਸੀਗੇ, ਬਿਹਤਰੀ ਹਰ ਇੱਕ ਦੀ ਬਿਹਤਰੀ। ਇਹ ਗੁਣ ਹੁੰਦਾ ਜਿਹੜਾ ਇਹ ਮਹਾਤਮਾ ਚ ਹੁੰਦਾ ਆ, ਗੁਰੂਆਂ ਚ ਹੁੰਦਾ। ਹੁਣ ਆਪਾਂ ਅਰਦਾਸੇ ਦੇ ਵਿੱਚ ਕਹਿੰਦੇ ਹਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਵੱਤ ਕਾਪਣ ਮੰਗਿਆ ਕਿਸੇ ਨੇ। ਇੱਕੋ ਇੱਕ ਗੁਰੂ ਘਰ ਆ ਜਿਹੜਾ ਸਰਵੱਤ ਦਾ ਪਤਾ, ਸਰਵੱਤ ਦਾ ਪਤਾ ਮੰਗਦਾ ਗੁਰੂ, ਜੇ ਕੋਈ ਜ਼ੁਲਮ ਕਰੇ ਉਸਨੂੰ ਫਿਰ ਚਾਟਾ ਵੀ ਛਕਾ ਦਿੰਦਾ। ਜੇ ਕੋਈ ਜ਼ੁਲਮ ਕਰੇ ਨਾ, ਹੈ ਤਾਂ ਇਹ ਸਰਵੱਤ ਦਾ ਭਲਾ ਹੀ ਚਾਹੁੰਦਾ, ਪਰ ਰੱਬ ਨੂੰ ਜ਼ੁਲਮ ਨਹੀਂ ਚੰਗਾ ਲੱਗਦਾ। ਔਰ ਇਸ ਤਰ੍ਹਾਂ ਦੱਸਿਆ, ਤਿੰਨੇ ਹਿੱਸਿਆਂ ਦੇ ਵਿੱਚ ਬੋਲਿਓ, ਪਹਿਲਾਂ ਜਥਾ ਬੋਲੇਗਾ, ਫਿਰ ਸਾਰੇ ਭਾਈ ਜਿੰਨੇ ਜਿੱਥੇ ਤਾਈ ਬੈਠੋ, ਫਿਰ ਸਾਰੀਆਂ ਬੀਬੀਆਂ ਗੱਜ ਵੱਜ ਕੇ ਬੋਲਿਓ, ਬੜੋ ਪ੍ਰੇਮ Thank you.
ਸਲਾਹ ਚਾਹੁੰਦਾ ਜਿਹੜੇ ਮਹਾਂਪੁਰਸ਼ ਹੁੰਦੇ ਨੇ ਜਾਂ ਗੁਰੂ ਲੋਕ ਹੁੰਦੇ ਹਨ ਉਹ ਸਾਰਿਆਂ ਦੇ ਵਿੱਚ ਆਪਣਾ ਆਪਾ ਦੇਖਦੇ ਆਪਣੇ ਅੰਦਰ ਆ ਦੁਆਇ ਆਪਣੇ ਅੰਦਰ ਹੈ ਸੰਗਤਾ ਔਰ ਮਮਤਾ ਜਿੱਥੇ ਦੂਆ ਉੱਥੇ ਸ਼ਾਂਤੀ ਨਹੀਂ ਹੋਵੇ ਇਨਸਾਨ ਜੀ ਤਾਂ ਸ਼ਾਂਤੀ ਦਾ ਮੁੱਖ ਦੇਖਣਾ ਨਾ ਜੇ ਤਾਂ ਸ਼ਾਂਤੀ ਦਾ ਮੂੰਹ ਦੇਖਣਾ ਨਾ ਤਾਂ ਫਿਰ ਤੂੰ ਗੁਰੂ ਵਾਲਾ ਬਣ ਕੇ ਆਪਣੇ ਸੁਰਤ ਨੂੰ ਆਤਮਾ ਨਾਲ ਜੋੜ ਦੇ ਉਹ ਸਾਰਿਆਂ ਦੇ ਵਿੱਚ ਆਤਮਾ ਦਿਖਣਾ ਸ਼ੁਰੂ ਹੋ ਜਾਏਗਾ ਤੈਨੂੰ ਫਿਰ ਸਾਰਿਆਂ ਦਾ ਹੀ ਭਲਾ ਜਾਏਗਾ ਔਰ ਇਸੇ ਤਰ੍ਹਾਂ ਉਹ ਦੂਤ ਦੀ ਜਿਹੜਾ ਮੰਗ ਕੇ ਰੋਟੀ ਖਾਂਦਾ ਵੀ ਮੰਗ ਤੇ ਤਾਂ ਫਿਰ ਭੋਰੇ ਚ ਨੂੰ ਚਲਿਆ ਗਿਆ ਮਹਾਰਾਜ ਜੀ ਪੜ ਤੇ ਬੈਠੇ ਨੇ ਬਹੁਤ ਗਾਉਂਦਾ ਬੋਲਿਆ ਜਾਣਾ ਉਹ ਮੁਰਜਾਦਾ ਪੁਰਸ਼ੋਤਮ ਮਹਾਂਪੁਰਸ਼ ਕਹਿੰਦਾ ਬਾਹਰ ਨਿਕਲੋ ਪਰੇ ਚੋ ਪਿੱਛੇ ਇੱਥੇ ਬੈਠਾ ਦੂਜੇ ਨੂੰ ਲੁੱਟਣ ਲੱਗਿਆ ਬਹੁਤ ਨਿਮਰਤਾ ਸਿੱਧੀ ਸ਼ਾਇਦ ਸਨ ਕਹਿੰਦੇ ਮਹਾਂਪੁਰਸ਼ ਅਸੀਂ ਤਾਂ ਅੱਜ ਨਹੀਂ ਕੱਢਦੇ ਲੋ ਤੁਸੀਂ ਬੈਠ ਜਾਓ ਇੱਥੇ ਅਸੀਂ ਬਾਹਰ ਦੇ ਕੱਟਣਾ ਮਹਾਰਾਜ ਜੀ ਬਾਹਰ ਨਿਕਲਿਆ ਪਲਕ ਤੇ ਪੈ ਗਿਆ ਗੁਰਮੁਖ ਹੋਰ ਦੂਰ ਬਸ ਇੱਕ ਮਿੰਟ ਪਿਆ ਮਹਾਰਾਜ ਵਿਚਾਰਲੀ ਛੱਤ ਦੇ ਵਿੱਚ ਆ ਕੇ ਬੈਠ ਕੇ ਨਿਕਲਿਆ ਚਰਨ ਫੜ ਲਏ ਗੁਰਮੁਖ ਆ ਗਿਆ ਕਹਿੰਦਾ ਮੈਂ ਸੁਣਦਾ ਸੀ ਕਹਿੰਦਾ ਹੁਣ ਅੱਖਾਂ ਨਾਲ ਦੇਖ ਲਿਆ ਜੇ ਉਹ ਸੁਣਦਾ ਸੀ ਸਾਰਾ ਤੁਹਾਡੇ ਜੀ ਕਰਦਾ ਸੁਣ ਲੈਣਾ ਕੋਈ ਹੋਰ ਗੱਲ ਆ ਗੁਰਮੁਖ ਜਦ ਨੇੜੇ ਹੋ ਕੇ ਮਹਾਂਪੁਰਸ਼ਾਂ ਦੀ ਸੰਗਤ ਕਰਨੀ ਹੈ ਗੁਰੂਆਂ ਦੀ ਗੁਰਬਾਣੀ ਦੀ ਫੇਰ ਪਤਾ ਲੱਗਦਾ ਕੀ ਤਾਕਤ ਆ ਗੁਰਬਾਣੀ ਦੇ ਆਹ ਇਸ ਤਰ੍ਹਾਂ ਨਾਮ ਦੇ ਵਿਚਾਰੇ ਗ੍ਰਸਤੀ ਨੇ ਜੋ ਉਹਨਾਂ ਦੀ ਕਿਰਤ ਹੈ ਉਹ ਕਰਦੇ ਨੇ ਆਪਣੀ ਕਿਰਤ ਕੋਈ ਕਰੋ ਕਿਰਤ ਤੋਂ ਨੀ ਰੋਕਿਆ ਗੁਰੂ ਸਾਹਿਬ ਜੀ ਨੇ ਰੋਕਿਆ ਤਾਂ ਪਾਪ ਤੋਂ ਜਦ ਤੂੰ ਗੁਰੂ ਦੇ ਹੁਕਮ ਤੇ ਉਲਟ ਹੋ ਜਾਵੇਗਾ ਸਿੱਖਾ ਚੋਰ ਗੁਰੂ ਸਾਹਿਬ ਜੀ ਕਹਿੰਦੇ ਬਾਣੀ ਵਿੱਚ ਚੋਰ ਕੀ ਹਾਂਬਾ ਪਰ ਹੈ ਨਾ ਕੋਏ ਚੋਰ ਕੀ ਆ ਚੰਗਾ ਕਿ ਹੋਏ ਗੁਰੂ ਸਾਹਿਬ ਨੇ ਆਪਣੀ ਹਾਂਬੀ ਨਹੀਂ ਭਰਨੀ ਕਬਰ ਨੀ ਕਿੱਧਰ ਨੂੰ ਜਾਵਾਂਗੇ ਬੜੋ ਬੁਰੇ ਹੁੰਦੇ ਨਾ Oh,
ਪਾਪ ਕਰਦੇ ਨੇ ਨਾ ਫਿਰ ਉਹਨਾਂ ਦਾ ਫਲ ਮਿਲਦਾ ਅੰਧ ਤੁੰਦ ਨਹੀਂ ਆ ਅੰਧ ਤੁੰਦ ਤਾਂ ਹੋਵੇ ਜੇ ਜੀਵ ਦੀ ਬੜਾਈ ਹੋਵੇ ਗੱਲ ਇਹ ਗੁਰਬਾਣੀ ਤਾਂ ਸਰਬੱਤ ਗੁਰੂਆਂ ਦੀ ਬੜਾਈ ਹੋਈ ਆ ਆਤਮ ਦਰਜੀਆਂ ਦੀ ਕਬੀਰ ਸਾਹਿਬ ਜੀ ਜਦ ਆਤਮਾ ਦੇ ਵਿੱਚ ਭੇਦ ਹੋਵੇ ਕੀ ਲਿਖਿਆ ਉਹਨਾਂ ਨੇ ਕਬੀਰ ਜਾਣ ਤੋਂ ਖੋਜ ਤੇ ਜਿਵੇਂ ਆਪਾਂ ਬਾਜ਼ਾਰ ਸਾਹਿਬ ਖੋਜਦੇ ਨਾ ਚੰਦਰਮਾ ਕੋਈ ਚੱਲੇ ਕੀ ਲਭਾਸ ਆ ਗਿਆ ਚੰਦਰਮਾ ਕੋਈ ਜਾ ਕੁਮਾਨ ਮਨ ਨੂੰ ਸ਼ਾਂਤੀ ਆ ਗਈ ਤੇ ਗਿਆਨ ਹੋ ਗਿਆ ਤੇ ਜਨਮ ਮਰਨ ਕੱਟਿਆ ਗਿਆ ਕੁਛ ਬੱਲੇ ਨਹੀਂ ਪਿਆ ਆਹ ਇਸ ਤਰ੍ਹਾਂ ਦੱਸਿਆ ਕਬੀਰ ਜਾਣ ਤੋਂ ਖੋਜ ਤੇ ਸੋਈ ਪਾਇਓ ਠੌਰ ਅੰਦਰ ਉਹ ਜੋ ਨਿਰਾਕਾਰ ਵਾਹਿਗੁਰੂ ਅੰਦਰ ਹੈ ਜਿਹੜਾ ਬਾਹਰ ਹੈ ਨਾ ਸਰਗੁਣ ਸਤਿਗੁਰੂ ਉਹ ਵਿਛੜ ਜਾਂਦਾ ਹੁਣ ਸਰਗੁਣ ਸਤਿਗੁਰੂ ਸਾਹਮਣੇ ਪ੍ਰਕਾਸ਼ ਹੈ ਜਦ ਇਸ ਨੂੰ ਸੰਤੋਖ ਕੇ ਅੰਦਰ ਲੈ ਜਾਣਗੇ ਇੱਥੋਂ ਹੋਰ ਪਾਸੇ ਚਲਿਆ ਜਾਵੇਗਾ ਇੱਥੇ ਨਹੀਂ ਰਹੇਗਾ ਜਿਹੜਾ ਨਿਰਗੁਣ ਹੈ ਉਹ ਹਮੇਸ਼ਾ ਰਹੇਗਾ ਇੱਕ ਰਾਸ ਨਾਲ ਪ੍ਰਸਤਵ ਹੈ ਇਸ ਤਰ੍ਹਾਂ ਦੇ ਨਾਮਦੇਵ ਜੀ ਕਰਕੇ ਸੋਈ ਫਿਰ ਕੇ ਤੂੰ ਪਿਆ ਸੋਈ ਫਿਰ ਕੇ ਇਹ ਹੁਣ ਕੋਈ ਬਾਹਰਲੀ ਕਵਿਤਾ ਨਹੀਂ ਹੈ ਇਹ ਗੱਲ ਨੂੰ ਸ਼ੂਹੀਕਾਰ ਕਿਹਨੇ ਕਰਿਆ ਪੰਜਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦੇ ਉਹ ਕਹਿੰਦੇ ਵੀ ਇਹ ਨਹੀਂ ਨਿਕਲਦਾ ਇਸ ਗੱਲ ਨੂੰ ਕੋਈ ਜਾਣ ਨਹੀਂ ਸਕਦਾ ਕੋਈ ਆਤਮਦਾਸੀ ਗੁਰਸਿੱਖ ਹੋਵੇ ਉਹ ਜਾਣੇਗਾ ਵੀ ਹਾਂ ਜੋ ਕਬੀਰ ਸਾਹਿਬ ਜੀ ਨੇ ਲਿਖਿਆ ਇਹ ਆਪਣੀ ਜਾਣਦਾ ਹਲੇ ਠੀਕ ਮੰਨਿਆ ਪ੍ਰਵਾਨ ਹੋਇਆ ਨਾ ਸੋਈ ਫਿਰ ਕੇ ਕਹਿੰਦਾ ਤੂੰ ਪਿਆ ਜਾਂ ਉਹ ਕਹਿੰਦਾ ਇਹਦਾ ਹੁਣ ਵਰ ਗਿਆ ਨਹੀਂ ਜੀ ਵਾਸਤਾ ਜਦ ਇਹ ਆਤਮਾ ਦੇ ਵਿੱਚ ਲਾਇਆ ਹੋ ਜਾਵੇਗਾ ਨਾ ਇਹ ਸਰੀਰ ਨਹੀਂ ਰਹੇਗਾ ਨਹੀਂ ਆਤਮਾ ਹੀ ਬਣ ਜਾਵੇਗਾ ਫਿਰ ਉਹੀ ਬਣ ਗਿਆ ਆਹ ਇਸ ਤਰ੍ਹਾਂ ਦੇ ਨਾਲ ਆਪੀ ਨਾ ਭੋਗ ਭੋਗ ਕੇ ਕਰਮਾਂ ਦੀ ਗੱਲ ਆ ਕਰਮਾਂ ਦੀ ਕੋਈ ਭਾਸ਼ਣ ਭੌਰ ਸਦਾਇਆ ਵੱਡਾ ਹੋਇਆ ਦੁਨੀਦਾਰ ਜਦ ਰੂਹ ਨਿਕਲੀ ਫਿਰ ਜਦ ਉਹਦਾ ਸਮ ਆ ਗਿਆ ਤੇ ਸਰੀਰ ਦੇ ਸਾਹ ਮੁੱਕ ਗਏ ਫਿਰ ਅੱਗੇ ਕੀ ਉਹਦੇ ਤੇ ਵਿਧਾਨ ਲਾਗੂ ਹੋਇਆ ਰੱਬ ਦਾ ਸੰਗਲ ਤੱਤ ਚੜਾਇਆ ਸੰਗਲਾਂ ਦੇ ਨਾਲ ਲੂਣ ਲਿਆ ਕੇ ਜਵਾਨੇ ਮਰੋ ਜਦ ਧਰਮ ਰਾਜਾ ਦੇ ਦੇਸ਼ ਨੂੰ ਫਿਰ ਜਾਂਦੇ ਨੇ ਬੜੋ ਬੁਰੇ ਨਾਲ ਜੈਸੇ ਕਰਤੱਵ ਉਹਦਾ ਹਿਸਾਬ ਕਿਤਾਬ ਅੱਗੇ ਹੋਵੇਗਾ ਸਾਰਾ 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 ਸ
ਤਪ ਕਰਦਾ ਜਿਹਨੂੰ ਕਰਮ ਕਹਿੰਦੇ ਨੇ ਕਰਮ। ਚੰਗੇ ਕਰਮਾਂ ਨੂੰ ਮਿੱਤਰ ਨਾ ਬਣਾਇਆ ਸੀ, ਮਾੜਿਆਂ ਨੂੰ ਮਿੱਤਰ ਬਣਾ ਲਿਆ ਕਰੋ। ਉਹਦਾ ਫਿਰ ਮਾੜੇ ਪਾਸੇ ਹੀ ਜਾਣ, ਉਹਦਾ ਨੀਵੀਆਂ ਜੂਨੀਆਂ ਦੇ ਵਿੱਚ ਜਾਣਾ ਪਵੇਗਾ, ਦੋਜਕਾਂ ਦੀ ਅੱਗ ਦੇ ਵਿੱਚ ਛੱਡਣਾ ਪਵੇਗਾ ਕਰੋ। ਇਸ ਤਰ੍ਹਾਂ ਦੇ ਨਾਲ ਦੇਖਿਆ ਗੱਲ ਸੰਗਲ ਕਰਜ ਚਲਾਇਆ ਅੱਗੇ ਕਰਨੀ ਕੀਰਤ, ਜੋ ਕੁਛ ਕਰਤੱਵ ਕਰੇ ਨੇ ਹੰਕਾਰ ਸਾਹਿਤ, ਬੜਪਣੇ ਨੂੰ ਅੱਗੇ ਰੱਖ ਕੇ ਗਰੀਬਾਂ ਦਾ ਲਹੂ ਨਿਚੋੜਿਆ। ਅੱਗੇ ਕਰਨੀ ਕੀਰਤ ਵਾਚੀ ਹੈ, ਉਹ ਵਾਚਣਾ ਨਾਮ ਹੈ ਪੜਨ ਦਾ, ਜੋ ਕੁਛ ਕਰਿਆ ਹੁੰਦਾ ਨਾ। ਇਹ ਚਿੱਤਰ ਗੁਪਤ ਦੋ ਦੇਵਤੇ ਨੇ ਆਪਣੇ ਨਾਲ ਰਹਿੰਦੇ ਨੇ, ਹਮੇਸ਼ਾ ਹੁਣ ਵੀ ਬੈਠੇ ਨੇ ਕੋਲੇ, ਰੂਹਾਂ ਵੀ ਬੈਠੀਆਂ ਨੇ ਜਿਹੜੀਆਂ ਭੜਕਦੀਆਂ ਫਿਰਦੀਆਂ। ਇਹਦੇ ਨੀ ਸੂਖ ਸਰੀਰ ਨੇ ਉਹਨਾਂ ਦੇ, ਚਾਹੇ ਆਪਾਂ ਕਹਿੰਦਾ ਸੱਤਾਂ ਜਿੰਦਿਆਂ ਦੇ ਅੰਦਰ ਜਾ ਕੇ ਮਾੜਾ ਕਰਤੱਵ ਕਰੋ, ਉਹਨੇ ਲਿਖ ਲੈਣਾ। ਉਹ ਦੋ ਕਾਪੀਆਂ ਹੁੰਦੀਆਂ ਨੇ, ਸਫੈਦ ਔਰ ਸ਼ਾਹ ਕਾਪੀ। ਸ਼ਾਹ ਕਾਪੀ ਦੇ ਵਿੱਚ ਮਾੜੇ ਕਰਮ ਲਿਖਦਾ ਇਨਸਾਨ ਦੇ, ਸਫੈਦ ਸ਼ਾਹ ਕਾਪੀ ਦੇ ਵਿੱਚ ਚੰਗੇ ਕਰਮ ਲਿਖਦਾ, ਉਹ ਫਿਰ ਧਰਮ ਰਾਜਾ ਦੇ ਅੱਗੇ ਰੱਖ ਦਿੰਦਾ ਜਾ ਕੇ। ਜਿਵੇਂ ਫਾਇਲ ਬਣਦੀ ਹੈ ਨਾ ਫਾਇਲ, ਉਹ ਫਾਇਲ ਕਿੱਥੇ ਜਾਂਦੀ ਹੈ? ਉਹ ਜਿਹੜਾ ਉਸ ਵਿਧਾਨ ਦਾ ਅਵਸਰ ਹੁੰਦਾ ਨਾ ਬੜਾ, ਉਹ ਫਿਰ ਉਸ ਦੇ ਅੱਗੇ ਰੱਖ ਦਿੰਦੇ ਨੇ ਜਾ ਕੇ ਫਾਇਲ। ਉਹ ਫਿਰ ਫਾਇਲ ਨੂੰ ਪ੍ਰਚੋਲ ਕਰਦਾ, ਦੇਖਦਾ ਕਰ, ਜੇ ਤਾਂ ਸਹੀ ਹੈ ਤਾਂ ਮੋਹਰ ਲਾਵੇਗਾ, ਨਹੀਂ ਲਾਉਂਦਾ ਕਹਿੰਦਾ ਨਹੀਂ ਠੀਕ ਨਹੀਂ ਬਣੇਗਾ, ਦੁਬਾਰੇ ਕਰੋ। ਇਸੇ ਤਰ੍ਹਾਂ ਉੱਥੇ ਫਿਰ ਧਰਮ ਰਾਜਾ ਉਹ ਜੋ ਕੁਛ ਆਪਣਾ ਕਰਿਆ ਹੁੰਦਾ ਕਰਤੱਵ ਚੰਗਾ ਮਾੜਾ, ਉਹ ਸਾਰਾ ਬਣਦਾ। ਅੱਗਾ ਕਰਨੀ ਕੀਰਤ ਵਾਚੀਏ, ਮੈਂ ਦੇਖਾ। ਆਪਾਂ ਵੀ ਜੇ ਕਿਸੇ ਨੂੰ ਪੈਸੇ ਦਿੰਦੇ ਹਾਂ ਤਾਂ ਫਿਰ ਉਹਦੇ ਕੋਲੋਂ ਪੁੱਛਦੀ ਹਾਂ, ਦੇਖਾ ਬੰਦਾ ਰੁਪਈਏ ਲੈਂਦੇ ਹੀ ਹਨ। ਅੱਗੇ ਪੰਡਿਤ ਲੋਕ ਹੁੰਦੇ ਸਨ, ਪੁੱਛਾਂ ਲੈ ਕੇ ਆਪ ਇਹਨੇ ਲੜੇ ਹੁੰਦੀ ਦੀ ਪੜ੍ਹਾਈ, ਤੇ ਉਹ ਫਿਰ ਲਿਖਦਾ ਹੁੰਦਾ ਸੀ ਜਿਹੜਾ ਕੁਛ ਲਾ ਲੈਣਾ, ਬਾਕੀ ਦਾ ਜਮ੍ਹਾਂ ਕਰ ਦੇਣਾ, ਵਿਆਜ ਇਸ ਤਰ੍ਹਾਂ ਦਾ ਹੁੰਦਾ ਸੀ। ਇਵੇਂ ਹੀ ਪਰਮੇਸ਼ਰ ਦਾ ਮੈਂ ਲੇਖਾ ਕਰ ਸਮਝਾਇਆ। ਹੁਣ ਜੇ ਤਾਂ ਚੰਗੇ ਕਰਮ ਕਰੇ, ਉਹਦੀ ਕਰੰਸੀ ਹੁੰਦੀ ਪ੍ਰਲੋਕ ਦੀ ਉਹਦੇ ਕੋਲ, ਤਾਂ ਉਹ ਜਗ੍ਹਾ ਖਰੀਦ ਲੈਂਦਾ ਉੱਥੇ। ਹੁਣ ਜੇ ਆਪਾਂ ਇੰਡੀਆ ਦੇ ਰੁਪਈਏ ਲਿਆ ਕੇ ਇੱਥੇ ਕੁਛ ਖਰੀਦਣਾ ਚਾਹੀਏ, ਕਦੇ ਨਹੀਂ ਦਿੰਦੇ ਆਪਾਂ ਨੂੰ, ਇਹ ਇੱਥੇ ਦੀ ਕਰੰਸੀ ਪੈਦਾ ਕਰਨੀ ਹੋ। ਉਹ ਕਰੰਸੀ ਉਹਦੇ ਕੋਲ ਹੈ ਹੀ ਨਹੀਂ ਸੀ, ਦਰਿਆਵੀ ਕਰੰਸੀ ਦੀ ਉਹ ਰਹੀ, ਉਹ ਇੱਥੇ ਰਹੀ। ਮੈਂ ਦੇਖਾ ਕਰ ਸਮਝਾਇਆ, ਸਾਉਣ ਉਹ ਵੀ ਪਾਉਂਦੇ ਹੀ ਉੱਥੇ ਸਾਉਣ ਨਾ ਮਿਲਿਆ, ਰੋਣਾ ਸ਼ੁਰੂ ਕਰਦਾ। ਉੱਥੇ ਰੋਣਾ ਵੀ ਕਿਸੇ ਨੇ ਨਹੀਂ ਪੁੱਛਿਆ। ਜੇ ਰੋਣਾ ਤਾਂ ਆਪ ਰੋਹ ਸਰੀਰ ਦੇ ਹੁੰਦਿਆਂ ਰੱਬ ਦੇ ਅੱਗੇ, ਵੀਰ ਸਾਹਿਬ ਜੀ ਨੇ ਲਿਖਿਆ ਕੇਸੋ ਕੇਸੋ ਕੂਕੀ ਹੈ, ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕੜੇ ਕਦੇ ਕੁ ਸੁਣੇ ਪੁਕਾਰ, ਦਿਨ ਰਾਤ ਰੱਬ ਨੂੰ ਤੂੰ ਸਿਮਰਨ ਹਾਕਾ ਮਾਰੀ ਆ, ਕਦੇ ਤਾਂ ਦਿਆਲੂ ਹੋਵੇਗਾ ਹੀ ਨਾ, ਬੜੋ ਪ੍ਰੇਮ ਨਾਲ ਸਾਹਿਬ
ਮਰੋ ਧਾਰ ਕੇ ਦੁਆਰ ਛੱਡਦੇ ਦਰ ਦਰ ਦਾ ਫਿਰਨਾ ਇੱਕ ਦਰ ਦਾ ਹੋ ਕੇ ਬਹਿ ਜਾ ਕੁਛ ਲੈ ਦੇਗਾ ਬੜੋ ਪ੍ਰੇਮ ਦਾ ਕੁਛ ਨੀ ਬਣਨਾ ਤੇਰਾ ਦਰ ਦਰ ਦਾ ਫਿਰਨਾ ਛੱਡ ਕੇ Thank you.
ਜਿਹੇ ਜੇ ਕੋ ਕੰਮ ਕਰਦਾ ਪੁੱਲ ਬਣਨ ਵਾਲੇ ਨੂੰ ਨੀ ਜਮ ਦੂਤ ਕਦੇ ਆਉਣਗੇ ਲੈਣ ਨਹੀਂ ਅਸੂਲ ਆ ਪਰਮੇਸ਼ਰ ਦਾ ਉਸ ਨੂੰ ਦੇਵਤੇ ਲੈਣ ਆਉਂਦੇ ਨੇ ਦੇਵਤੇ ਤਾਂ ਫਿਰ ਉਹ ਜਿਹੜਾ ਪੰਡਿਤ ਸੀ ਵੀ ਜਿਹੜੇ ਪਾਪੀ ਨੇ ਨਾ ਪਾਪ ਕਰਦੇ ਨੇ ਉਹਨਾਂ ਨੂੰ ਜਮਦੂਤ ਨੂੜ ਕੇ ਲਿਜਾਂਦੇ ਨੇ ਸਾਲ ਭਰ ਕੀ ਜਾਂਦਾ ਉਹ ਪਰਲੋਕ ਸਾਲ ਭਰ ਕਬੀਰ ਸਾਹਿਬ ਲਿਖਿਆ ਪੁਰਸ ਲਾਤ ਕਾ ਪੰਥ ਨੇਲਾ ਕਹਿੰਦੇ ਇੱਕ ਪੋਲਾ ਉਸਤਰਿਆ ਵਰਗੇ ਪੱਤੇ ਦੇ ਉੱਤੇ ਦਰਖਤ ਇਸਲਾਮ ਦੇ ਵਿੱਚ ਉਹਨੂੰ ਫਿਰ ਜੀਵ ਨੂੰ ਰੂਹ ਨੂੰ ਉਹਦੇ ਵਿੱਚ ਹੀ ਗਰੀਸਦੇ ਪਾਪੀ ਨੂੰ ਪੁੰਨੀ ਨਹੀਂ ਭਗਤਾਂ ਦਾ ਰਾਹ ਹੋਰ ਹੈ ਭਗਤਾਂ ਦਾ ਦੇਸ਼ ਵੀ ਹੋਰ ਹੈ ਜਿਹੋ ਜਿਹੇ ਕਰਤਾ ਉਹ ਹੈ ਜੇ ਦੇਸ਼ ਦੇ ਵਿੱਚ ਜਾਵੇਗਾ ਜੀਵ ਹੈ ਜਿਹੜਾ ਤਾਂ ਉਹ ਪੰਡਿਤ ਕਹਿੰਦਾ ਵੀ ਪਾਪੀਆਂ ਦਾ ਸਾਰ ਭਰਦਾ ਰਸਤਾ ਜਾਂ ਦੂਦ ਨੂੰ ਉੱਠਦੇ ਲਿਆਂਦੇ ਇੱਕ ਸਿੱਖ ਬੋਲਿਆ ਕਹਿੰਦਾ ਉਹਦਾ ਦੋ ਪਹਿਰ ਦੇ ਵਿੱਚ ਜਾ ਸਕਦਾ ਜਿੱਥੇ ਤੂੰ ਸਾਲ ਭਰਦਾ ਰਸਤਾ ਦੱਸ ਦੂਸਰਾ ਸਿੱਖ ਬੋਲਿਆ ਕਹਿੰਦਾ ਉਹਦਾ ਇੱਕ ਪਹਿਰ ਦੇ ਵਿੱਚ ਉੱਥੇ ਜਾ ਸਕਦਾ ਜਿੱਥੇ ਤੂੰ ਕਹਿੰਦੇ ਤੀਸਰਾ ਬੋਲਿਆ ਕਹਿੰਦਾ ਮੈਂ ਅੱਧੇ ਪਹਿਰ ਚ ਉੱਥੇ ਜਾ ਸਕਦਾ ਜਿੱਥੇ ਤੂੰ ਕਹਿੰਦਾ ਚੌਥਾ ਬੋਲਿਆ ਕਹਿੰਦਾ ਮੈਂ 15 ਮਿੰਟ ਦੇ ਵਿੱਚ ਉੱਥੇ ਜਾ ਸਕਦਾ ਇਹਨਾਂ ਦੇ ਵਿੱਚ ਵੀ ਫਰਕ ਹੈ ਸਿੱਖਾਂ ਦਾ ਇੱਕ ਵਾਸਤਾ ਦੇ ਨਹੀਂ ਹਨ ਸਾਰੇ ਤਾਂ ਫਿਰ ਉਸਨੇ ਰੁਮਾਲ ਪਾ ਦਿੱਤਾ ਪ੍ਰਾਣ ਦੇ ਉੱਤੇ ਕਥਾ ਬੰਦ ਕਰ ਦਿੱਤੀ ਪਤਾ ਕਰ ਲੋ ਹਟ ਗਿਆ ਹੌਲੀ ਹੌਲੀ ਛੇਵੇਂ ਪਾਤਸ਼ਾਹ ਮਹਾਰਾਜ ਕੋਲ ਗੱਲ ਚੱਲੀ ਵੀ ਮਹਾਰਾਜ ਜੀ ਪੰਡਿਤ ਜੀ ਕਥਾ ਨਹੀਂ ਕਰਦੇ ਨਾ ਕਹਿੰਦੇ ਸੱਦੋ ਉਹਨਾਂ ਨੂੰ ਪੰਡਿਤ ਆ ਗਿਆ ਨਮਸਕਾਰ ਕਰਕੇ ਬੈਠ ਗਿਆ ਮਰਿਆਦਾ ਪੁਰਸ਼ੋ ਤੋਂ ਗੁਰੂ ਕਹਿੰਦੇ ਪੰਡਿਤ ਜੀ ਕਥਾ ਨਹੀਂ ਸੁਣਾਉਂਦੇ ਕਹਿੰਦਾ ਮਹਾਰਾਜ ਜੀ ਮੈਂ ਕਥਾ ਕੀ ਸੁਣਾਵਾਂ ਤੁਹਾਡੇ ਸਿੱਖਾਂ ਝੂਠ ਬੋਲਦੇ ਝੂਠ ਕਹਿੰਦਾ ਕੀ ਝੂਠ ਬੋਲਤਾ ਸਿੱਖਾਂ ਨੇ ਕਹਿੰਦਾ ਮਹਾਰਾਜ ਜੀ ਮੈਂ ਜੋ ਲਿਖਿਆ ਸੀ ਉਹੀ ਸੁਣਾਉਂਦਾ ਸੀ ਨਾ ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਦੱਸ ਪੰਡਿਤ ਜੀ ਉਹ ਰਸਤਾ ਕੀ ਨਾ ਦਾ ਸਾਲ ਦਾ ਕਹਿੰਦਾ ਜੀ ਉਹ ਤਾਂ ਪਾਪੀਆਂ ਦਾ ਲਿਖਿਆ ਹੈ ਫਿਰ ਇਹ ਦੱਸੇ ਸਾਡੇ ਸਿੱਖ ਪਾਪੀ ਨੇ ਇਹ ਪਾਪ ਕਰਦੇ ਨੇ ਇਹਨਾਂ ਦੀ ਵਸਤਾ ਦੇ ਵਿੱਚ ਵੀ ਫਰਕ ਹੋਇਆ ਜਿਹੜਾ ਕਹਿੰਦਾ ਮੈਂ ਦੋ ਪੈਰ ਕੀ ਜਾਵਾਂਗਾ ਉਹਦੀ ਜਿਹੜੀ ਸੁਰਤ ਆ ਉਤਨੀ ਸੂਖਮ ਨਹੀਂ ਜਿਹੜਾ ਇੱਕ ਪੈਰ ਦੇ ਵਿੱਚ ਕਹਿੰਦਾ ਉਹਦੇ ਨਾਲ ਉਸਦੀ ਸੁਰਤ ਸੂਖਮ ਹੋਊਗੀ ਪਹੁੰਚ ਕਹਿੰਦੇ ਨੇ ਜਿਹਨੂੰ ਪਹੁੰਚ ਜਿਹੜਾ ਤੀਸਰਾ ਕਹਿੰਦਾ ਮੈਂ ਅੱਧੇ ਪੈਰ ਚ ਜਾਵਾਂਗੇ ਜਾਵਾਂ ਉਹ ਪੈਰ ਨਾਲ ਉਹਦੀ ਸੂਖ ਸੁਰਤ ਹੋਊਗੀ ਜਿਹੜਾ ਕਹਿੰਦਾ 15 ਮਿੰਟ ਦੇ ਵਿੱਚ ਮੈਂ ਚਲਿਆ ਜਾਵਾਂਗਾ ਉਹਦੀ ਉਦੋਂ ਵੀ ਸੂਖਮ ਹੋ ਇਹਨਾਂ ਦੀ ਵਰਤਾ ਦੇ ਵਿੱਚ ਵੀ ਫਰਕ ਹੈ ਔਰ ਸਿੱਖਾਂ ਦੇ ਪੜ੍ਹਾਈ ਦੇ ਵਿੱਚ ਵੀ ਜਵਾਤਾਂ ਦੇ ਵਿੱਚ ਵੀ ਫਰਕ ਹੁੰਦਾ ਕਰੋ ਔਰ ਨਾਮਦੇਵ ਜੀ ਤਾਂ ਉਹਨਾਂ ਦੀ ਉਪਵਾ ਹੋਣੀ ਸ਼ੁਰੂ ਹੋਈ ਇੱਕ ਤਰਲੋਚਨ ਨਾਵੇ ਉਹ ਵੀ ਭਗਤ ਸੀ ਬੰਦਗੀ ਕਰਦਾ ਸੀ ਪਰ ਵਸਤਾ ਨਾਮਦੇਵ ਵਾਲੀ ਨਹੀਂ ਸੀ ਉਹਨੇ ਸੋਚਿਆ ਬਈ ਨਾਮਦੇਵ ਜੀ ਗੁੱਡੀ ਕਿਉਂ ਨਹੀਂ ਚੜੀ ਆ ਦੁਨੀਆਂ ਵਿੱਚ ਗਰੀਬ ਆ ਬੇਚਾਰਾ ਚੰਦੇ ਠਾਲਦਾ ਆਪਣਾ ਤਾਂ ਬਰਬਾਦ ਹੈ ਅਦਰਸ਼ਨ ਗ੍ਰਸਤੀ ਹੈ ਮਹਾਂਪੁਰਸ਼ਾਂ ਦੀ ਸੇਵਾ ਕਰਦਾ ਦੇਖਣਾ ਚਾਹੀਦਾ ਉਹ ਭਗਤੀ ਕਿਵੇਂ ਕਰਦਾ ਜਿਹੜੀ ਜੀ ਸੰਗਤ ਹੋਵੇ ਨਾ ਕਿਸੇ ਨੂੰ ਉਹ ਹੈ ਜਾਂ ਉਹ ਭਜਨ ਕਰਨ ਲੱਗ ਜਾਂਦਾ ਹੁੰਦਾ ਖੈਰ ਕਰਿਆ ਗਿਆ ਪੁੱਛਦਾ ਪੁੱਛਦਾ ਮਰਦੇ ਉਹਨਾਂ ਦੇ ਅੱਜ ਕੱਲ੍ਹ ਟੇਲਰ ਮਾਸਟਰ ਕਹਿ ਦਿੰਦੇ ਜਵਾਨੇ ਦੀ ਰਾਫੇਰੀ ਹੁੰਦੀ ਹੈ ਜਦ ਸਿੱਧਾ ਸਾਦਾ ਜਵਾਨਾ ਹੁੰਦਾ ਸੀ ਨਾ ਜੇ ਭਾਈ ਗੁਰਦਾਸ ਨੇ ਲਿਖਿਆ ਨਾ
ਪੱਥਰ ਇੱਕ ਲਪੇਟ ਕਰਦੇ ਧੰਨੇ ਧੰਨੇ ਤੋਂ ਗੈਰ ਛਡਾਇਆ ਪੱਥਰ ਨਹੀਂ ਸੀ ਦਿੱਤਾ ਤੈਨੂੰ ਚੰਨੇ ਨਹੀਂ ਠਾਕ ਨੂੰ ਦਿੱਤਾ ਸੀ ਠਾਕਰ ਹੁੰਦਾ ਪੱਥਰ ਇਹ ਕਰਨ ਦੇ ਵਿੱਚ ਫਰਕਾ ਬੋਲੀ ਜਾਵੇ ਸਿੱਧੀ ਸਾਦੀ ਦੀ ਹੁੰਦੀ ਠਾਕਰ ਨਹੀਂ ਆ ਤਾਂ ਫਿਰ ਮਹਾਰਾਜ ਕਹਿੰਦੇ ਇਹਨਾਂ ਦੀ ਫਰਕਾ ਨਸੀ ਨਾਲੇ ਪਾਪੀ ਨੇ ਉਹ ਤਰਲੋ ਚੁਣੇ ਕਿਹਾ ਵੀ ਚਲੋ ਦੇਖੀਏ ਕਿਸ ਤਰ੍ਹਾਂ ਬੰਦਗੀ ਕਰਦਾ ਪੁੱਠਾ ਲੜਕਦਾ ਉਹ ਕੀ ਕਰਦਾ ਹੁਣ ਪਾਣੀ ਚ ਖੜਾ ਹੋ ਇਹ ਜਿਹੀਆਂ ਗੱਲਾਂ ਤੇ ਬਹੁਤੀਆਂ ਹੁੰਦੀਆਂ ਪੜ੍ਹਨੇ ਹੱਕ ਦੀ ਕਿਰਤ ਕਰਦਾ ਤਰੰਗ ਸਾਧਨ ਕਰਦਾ ਇੱਕ ਬਰੰਗ ਸਾਧਨ ਹੁੰਦੇ ਨੇ ਆਪਣਾ ਬਰੰਗਾ ਜੇ ਫਿਰਦੇ ਹੋਏ ਆਪਣੀ ਮਦਾਣੀ ਪਾਣੀ ਚ ਪਾਈ ਹੋਈ ਆ ਪਦਾਰਥਾਂ ਰੂਪੀ ਪਾਣੀ ਚ ਮਗੀ ਨਿਕਲਿਆ ਹੋਊਗੀ ਦੁੱਖ ਨਿਕਲੇਗਾ ਜੇ ਤਾਂ ਇਹ ਮੱਖਣੀ ਖਾਣੀ ਹੈ ਨਾ ਤਾਂ ਫਿਰ ਤੂੰ ਨਾਮ ਨੂੰ ਰਿੜਕਣਾ ਸ਼ੁਰੂ ਕਰ ਦੇ ਨਾਮ ਦੇ ਵਿੱਚੋਂ ਮੱਖਣੀ ਨਿਕਲੇਗੀ ਵਰਨਾ ਨਹੀਂ ਨਿਕਲਣੀ ਬਾਣੀ ਲਿਖਿਆ ਨਾ ਕਬੀਰ ਸਾਹਿਬ ਨੇ ਕਬੀਰ ਮਾਇਆ ਡੋਲਣੀ ਮਾਇਆ ਬੁਰੀ ਹੈ ਪਵਨ ਚ ਖੋਲਣ ਹਾਰ ਸਭ ਤੋਂ ਮੱਖਣ ਖਾਇਆ ਸਾਸ ਪੀਏ ਸੰਸਾਰ ਕਬੀਰ ਸਾਹਿਬ ਜੀ ਨੇ ਲਿਖਿਆ ਕਿ ਸਾਸ ਇੱਥੇ ਯੂਪੀ ਦੀ ਬੋਲੀ ਹੈ ਆਪਣੀ ਪੰਜਾਬ ਦੀ ਕੀ ਆ ਖੱਟੀ ਦਿੱਤੀ ਫੜੋ ਪ੍ਰੇਮ ਦੇ ਨਾਲ ਆਪਾਂ ਬੱਚੇ ਵੀ ਪਾਲਣੇ ਨੇ
ਕੰਮ ਵੀ ਕਰਨਾ ਪਰਮੇਸ਼ਰ ਦੀ ਬੰਦ ਵੀ ਕਰਨੀ। ਪਹਿਲਾਂ ਤੂੰ ਹੀ ਉਹਦਾ ਪਰਮੇਸ਼ਰ ਦੇ ਨਾਮ ਦਾ ਤਾਲੁਕ ਕਿਹਦੇ ਨਾਲ ਕਿਹਦੇ ਨਾਲ ਜਪੀਦਾ ਪਰਮੇਸ਼ਰ ਉਹਨੂੰ ਪਤਾ ਨਹੀਂ ਸੀ। ਇੱਕ ਹੁੰਦਾ ਜਾਪ, ਇੱਕ ਹੁੰਦਾ ਜਪਾ। ਜਾਪ ਨੂੰ ਆਪਾਂ ਸਾਰੇ ਜਾਣਦੇ, ਅਜਪਾ ਨੂੰ ਵੀ ਜਾਣਦੇ ਆਪਾਂ। ਅਜਪਾ ਕੀ ਹੈ? ਗੁਰੂ ਸਾਹਿਬ ਨੇ ਲਿਖਿਆ ਨਾ, ਜੀਵ ਨਾ ਸਿੱਲੇ ਬੁੱਲ ਨਾ ਫਰਕੇ ਪਾਕ ਨਵਾਜੀ ਸੋਈ। ਪਹਿਲੇ ਨਾ ਜੀਵ ਹਿੱਲੇ, ਨਾ ਬੁੱਲ ਹਿੱਲੇ, ਨਾ ਉਹ ਜਿਹੜਾ ਪਰਮੇਸ਼ਰ ਖੁਦਾ ਦਾ ਨਾਮ ਹੈ ਕਹਿੰਦੇ ਉਹ ਅਜਪਾ ਦੱਸਿਆ। ਜਿਹੜਾ ਜਵਾਨ ਨਾਲ ਕਰਨਾ ਇਹ ਬੈਖੜੀ ਬਾਣੀ, ਇਹ ਜਾਪ ਹੈ, ਅਜਪਾ ਹੋਰ ਹੈ। ਅੱਗੇ ਬਹੁਤ ਯੁਗਤੀਆਂ ਨੇ ਜ਼ਿਆਦਾ, ਪਿੱਛੇ ਨੂੰ ਹਟੇਗਾ ਰੱਬ ਕੱਲੀ ਨੂੰ, ਬਹੁਤ ਕੁਛ ਪੈਦਾ ਹੋਵੇਗਾ ਇਸਦੇ ਦਿਮਾਗ ਦੇ ਅੰਦਰ। ਫਿਰ ਰੱਬ ਦਾ ਦੇ ਆ ਜਾਏਗਾ, ਤੂੰ ਉੱਥੇ ਮੈਂ ਆਰਾਮ ਨਾਲ ਰਹਿ ਜੂੰਗਾ। ਨਹੀਂ ਅਜੇ ਆਹ 8 ਵਜ ਨਹੀਂ, ਕਦੇ ਵੀ ਚਾਹੇ ਸਵਰਗ ਦਾ ਰਾਜਾ ਇੰਦਰ ਕਿਉਂ ਨਾ ਬਣ ਜਾ, ਆਹ ਤਾਂ ਗੱਲੇ ਹੀ ਗੁਰਾਪਾ ਤੋਂ। ਓ ਨਾਮਦੇਵ ਜੀ ਕਹਿੰਦੇ ਤ੍ਰਿਲੋਚਨ ਜੀ, ਹੱਥਾਂ ਪੈਰਾਂ ਨਾਲ ਜੇ ਕੰਮ ਕਰੀ ਜਾਈਏ, ਜਿਹੜਾ ਆਪਣਾ ਮਨ ਹੈ ਜਿਹਦੇ ਗੱਪਾਂ ਮਾਰਦੇ ਆ ਨਾ, ਚੂੜੀਆਂ ਕਰਦੇ ਆ, ਜੇ ਉਹ ਪਰਮੇਸ਼ਰ ਦੇ ਨਾਮ ਨਾਲ ਲੱਗਿਆ ਰਹੇ, ਨਾਲੇ ਪਿਆਰ ਸਿੱਧ ਹੋ ਗਿਆ, ਨਾਲੇ ਪਰਿਵਾਰ ਸਿੱਧ ਹੋ ਗਿਆ। ਇਹ ਉਹ ਕਹਿੰਦੇ ਨੇ ਉਸਦੀ ਡਿਊਟੀ ਦੱਸਦੇ ਨੇ, ਪੜੋ ਜੋ ਅਗਲਾ ਪ੍ਰੋਗਰਾਮ ਉਹ ਸਾਹਿਬ ਜੀ ਸਾਹਿਬ ਜੀ ਤੁਹਾਨੂੰ ਦੱਸਣਗੇ।